ਜਸ ਪੰਜਾਬੀ ਦੇਖਣ ਵਾਲੇ ਅਤੇ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਪਿਆਰੇ ਪਿਆਰੇ ਪੰਜਾਬੀਆਂ ਨੂੰ ਮੇਰੇ ਵੱਲੋਂ ਜਾਣੀ ਜਗਤਾਰ ਸਿੰਘ ਜੱਗੀ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਬਹੁਤ ਬਹੁਤ ਸਵਾਗਤ ਜੀ ਅੱਜ ਦੇ ਇਸ ਖਾਸ ਸ਼ੋਅ ਦਾ, ਟਰੱਕ ਸ਼ੋਅ ਮਾਈਲਜ਼ ਐਂਡ ਸਟਾਈਲ। ਔਰ ਗੱਲ ਕਰੀਏ ਅਗਰ ਇਸ ਸ਼ੋਅ ਦੀ ਤਾਂ ਇਸ ਸ਼ੋਅ ਨੂੰ ਬਹੁਤ ਵਧੀਆ ਤੁਹਾਡਾ ਹੁੰਗਾਰਾ ਮਿਲ ਰਿਹਾ। ਟਰੱਕਾਂ ਨਾਲ ਸੰਬੰਧਿਤ ਲੋਕ ਜਿੰਨੇ ਵੀ ਹੈਗੇ ਨੇ ਬਹੁਤ ਦੇਖਦੇ ਨੇ ਅਤੇ ਇਹਨੂੰ ਪਸੰਦ ਵੀ ਕਰਦੇ ਨੇ। ਸੋ ਅੱਜ ਦੀ ਅਗਰ ਗੱਲ ਕਰੀਏ, ਅੱਜ ਦਾ ਇਹ ਸ਼ੋਅ ਅਸੀਂ ਪਹੁੰਚੇ ਹਾਂ ਬੇਕਰਜ਼ਫੀਲਡ। ਬੇਕਰਜ਼ਫੀਲਡ ਦੇ ਵਿੱਚ ਸਾਊਥ ਯੂਨੀਅਨ ਐਵੀਨਿਊ 'ਤੇ US ਸਿਟੀ ਲਿੰਕ ਟਰੱਕਿੰਗ ਕੰਪਨੀ ਹੈਗੀ ਹੈ, ਨਾਲ ਨਾਲ ਸਿਟੀ ਰਜਿਸਟ੍ਰੇਸ਼ਨ ਦਾ ਉਹਨਾਂ ਡਿਸਪੈਚ ਦਾ ਕੰਮ ਵੀ ਹੈਗਾ, ਨਾਲ ਕਾਫੀ ਸਾਰੇ ਕੰਮ ਨੇ। ਮੁੱਕਦੀ ਗੱਲ ਜੀ, ਟਰੱਕਾਂ ਨਾਲ ਸੰਬੰਧਿਤ ਤਕਰੀਬਨ ਹਰ ਕੰਮ ਇਸ ਜਗ੍ਹਾ ਹੁੰਦਾ। ਇੱਥੇ ਅਸੀਂ ਮਿਲਾਂਗੇ ਨਵਦੀਪ ਸਿੰਘ ਜਿਹੜੇ ਸੋਨੂ ਭਾਅ ਜੀ, ਅਤੇ ਨਾਲ ਦੀ ਨਾਲ ਕਮਲਜੀਤ ਸਿੰਘ ਜਿਹੜੇ ਜੀਤ ਭਾਅ ਜੀ ਹੈਗੇ ਨੇ, ਉਹਨਾਂ ਨੂੰ ਮਿਲਾਂਗੇ। ਨਾਲੇ ਹੋਰ ਜੋ ਵੀ ਇੱਥੇ ਹੈਗੇ ਨੇ ਮਕੈਨਿਕ ਜਾਂ ਹੋਰ ਕੰਮ ਕਰਦੇ ਨੇ ਉਹਨਾਂ ਨੂੰ ਵੀ ਮਿਲਾਂਗੇ, ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਅਤੇ ਜਾਣਾਂਗੇ ਟਰੱਕ ਦੀਆਂ ਬਰੀਕੀਆਂ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਭਾਅ ਜੀ, ਸਤਿ ਸ਼੍ਰੀ ਅਕਾਲ ਜੀ, ਹੈਲੋ। ਵਾਹ ਜੀ ਵਾਹ, ਬਹੁਤ ਵਧੀਆ ਆਫਿਸ ਬਣਾਇਆ ਹੋਇਆ। ਵਾਹ ਜੀ ਵਾਹ, ਸਤਿ ਸ਼੍ਰੀ ਅਕਾਲ ਨਵਦੀਪ ਭਾਅ ਜੀ, ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਹੈ ਜੀ। ਵਾਹ ਜੀ ਵਾਹ, ਮੈਂ ਕਿਹਾ ਜੀ ਆ ਮਜ਼ਾ ਆ ਗਿਆ ਅੱਜ ਬੇਕਰਜ਼ਫੀਲਡ ਦੇ ਵਿੱਚ ਆਏ ਔਰ ਤੁਹਾਡੇ ਨਾਲ ਦਰਸ਼ਨ ਮੇਲੇ ਹੋ ਗਏ। ਬੈਠੋ ਜੀ। ਹਾਂ, ਹੋਰ ਸੁਣਾਓ। ਬਹੁਤ ਵਧੀਆ ਜੀ, ਠੀਕ ਠਾਕ ਹੈ। ਮੈਂ ਕਿਹਾ ਜੀ ਬਾਹਰੋਂ ਮੈਂ ਦੇਖ ਕੇ ਆਇਆ, ਗੇੜਾ ਲਾ ਕੇ ਆਇਆ, ਪੂਰਾ ਬੜਾ ਵਧੀਆ ਮਾਹੌਲ ਹੈਗਾ, ਪੂਰਾ ਬੜੀ ਖੁੱਲ੍ਹੀ ਜਗ੍ਹਾ ਹੈਗੀ ਆ। ਠੀਕ ਹੈ ਜੀ, ਨਹੀਂ ਵਧੀਆ ਜੀ, ਕਿਰਪਾ। ਕਿੰਨੀ ਦੇਰ ਹੋ ਗਈ ਇੱਥੇ ਇਸ ਜਗ੍ਹਾ? ਫਿਰ ਇਸ ਜਗ੍ਹਾ ਅਸੀਂ ਹੈਗੇ ਹਾਂ ਜੀ 2014 ਤੋਂ। ਅੱਛਾ, 2014 'ਚ ਅਸੀਂ ਬਾਏ ਕੀਤੀ ਸੀ ਅਤੇ ਉਸ ਉਦੋਂ ਤੋਂ ਫਿਰ ਹੋ ਰਹੀ ਹਾਂ। ਠੀਕ ਹੈ ਜੀ, ਆ ਜਾਓ ਫਿਰ ਬਾਹਰ ਮਾਰੀਏ ਗੇੜਾ। ਹਾਂ ਜੀ, ਜ਼ਰੂਰ ਜੀ। ਆਹੋ ਜੀ ਨਵਦੀਪ ਭਾਅ ਜੀ, ਹਾਂਜੀ, ਗੇੜਾ ਮਾਰਦੇ ਜੀ। ਇਹ ਗੱਡੀ ਦੇਖੋ ਤਿਆਰ ਖੜੀ ਪਹਿਲਾਂ ਹੀ। ਅੱਛਾ, ਇਹ ਫਿਰ ਕਾਫੀ ਜਗ੍ਹਾ ਲੱਗਦੀ ਹੈ ਇਹ ਦੂਰ ਤੱਕ ਇਹ? ਹਾਂਜੀ, ਇਹ 10 acres ਹੈ ਜੀ ਟੋਟਲ। ਅੱਛਾ ਜੀ, ਅੱਛਾ 10 acres ਜਗ੍ਹਾ ਕਾਫੀ। ਫਿਰ ਇੱਥੇ ਕਿਹੜਾ ਕਿਹੜਾ ਕੰਮ ਹੈਗਾ ਆਪਣਾ? ਜਿਵੇਂ ਮੈਨੂੰ ਪਤਾ ਲੱਗਿਆ ਸੀਗਾ ਕਿ ਕੰਮ ਟਰੱਕਾਂ ਨਾਲ ਸੰਬੰਧਿਤ ਕਾਫੀ ਕੰਮ ਇੱਥੇ ਹੁੰਦੇ ਨੇ। ਉਰੇ ਜੀ ਰਿਪੇਅਰ ਸ਼ਾਪ ਦਾ, ਵਾਸ਼ ਦਾ। ਅੱਛਾ, ਤੇ ਸਾਡੇ ਫਰੰਟ ਆਫਿਸ ਚੋਂ ਡਿਸਪੈਚ ਤੇ ਬ੍ਰੋਕਰੇਜ, ਜਿੰਨਾ ਸਾਡਾ ਆਪਰੇਸ਼ਨ ਹੈ ਉਰੋਂ ਹੈਂਡਲ ਹੁੰਦਾ ਟਰੱਕਿੰਗ ਜੀ। ਪਹਿਲਾਂ ਸਭ ਤੋਂ ਕਿਹੜਾ ਕੰਮ ਸ਼ੁਰੂ ਕੀਤਾ ਸੀ? ਹੌਲੀ ਹੌਲੀ ਸਾਰੇ ਕੰਮ ਵਧਾਏ ਹੋਣਗੇ ਨਾ? ਪਹਿਲਾਂ ਟਰੱਕ ਟਰਾਂਸਪੋਰਟੇਸ਼ਨ ਸਭ ਤੋਂ ਪਹਿਲਾਂ ਜੀ ਅਸੀਂ ਜਦੋਂ ਮੈਂ ਉਰੇ ਆਇਆ ਉਦੋਂ ਤਾਂ ਗੈਸ ਸਟੇਸ਼ਨ ਤੇ ਕੰਮ ਕਰਦੇ ਸੀਗੇ। ਅੱਛਾ, ਕਿਹੜੇ ਸਾਲ ਦੇ ਵਿੱਚ ਆਏ? ਹਾਂ, 2000 ਦੇ ਵਿੱਚ। ਅੱਛਾ ਜੀ, ਤੇ 2000 ਤੋਂ ਲੈ ਕੇ 2004 ਤੱਕ ਗੈਸ ਸਟੇਸ਼ਨ ਤੇ ਕੰਮ ਕੀਤਾ ਅਟਲਾਂਟਾ ਜੋਰਜੀਆ। ਅੱਛਾ ਜੀ, ਉਸ ਤੋਂ ਬਾਅਦ ਉਰੇ ਕੁਛ ਯਾਰ ਦੋਸਤ ਸੀਗੇ ਉਹਨਾਂ ਦੇ ਕਰਕੇ ਫਿਰ ਉਰੇ ਆ ਗਏ ਬੇਕਰਜ਼ਫੀਲਡ। ਬੇਕਰਜ਼ਫੀਲਡ ਜੀ, ਲਾਇਸੈਂਸ ਲੈ ਕੇ ਟਰੱਕ ਚਲਾਉਣਾ ਸ਼ੁਰੂ ਕਰਤਾ 5 ਦੇ ਵਿੱਚ। ਉਸ ਤੋਂ ਬਾਅਦ ਹੌਲੀ ਹੌਲੀ ਮੈਂ ਅਤੇ ਮੇਰੇ ਬ੍ਰਦਰ ਨੇ, ਕਨਵਲਜੀਤ ਨੇ, ਜੀਤ ਨੇ, ਅਤੇ ਅਸੀਂ ਸ਼ੁਰੂ ਕਰ ਲਿਆ 2007 ਦੇ ਵਿੱਚ 2 ਟਰੱਕਾਂ ਤੋਂ। ਅੱਛਾ, ਉਸ ਤੋਂ ਬਾਅਦ ਨਾਲ ਦੀ ਨਾਲ ਅਸੀਂ ਟਰੱਕ ਚਲਾਈ ਗਏ ਅਤੇ ਨਾਲੇ ਉਹਨਾਂ ਟਰੱਕਾਂ ਨੂੰ ਹੀ ਖੁਦ ਅਸੀਂ ਰਿਪੇਅਰ ਕਰਨੀ ਸ਼ੁਰੂ ਕਰਤੀ। ਅੱਛਾ, ਅਤੇ ਜਿੰਨਾ ਵੀ ਵੱਧ ਤੋਂ ਵੱਧ ਅਸੀਂ ਆਪ ਹੈਂਡਲ ਕਰ ਸਕਦੇ ਸੀ, ਡਿਸਪੈਚਿੰਗ ਬ੍ਰੋਕਰੇਜ, ਉਹ ਔਨ ਦਾ ਵੇ ਜਦੋਂ ਅਸੀਂ ਕੰਮ ਵੀ ਕਰਦੇ ਸੀ ਉਦੋਂ ਨਾਲ ਕਰੀ ਜਾਂਦੇ ਸੀਗੇ ਜੀ। ਉਸ ਤੋਂ ਬਾਅਦ ਫਿਰ ਹੌਲੀ ਹੌਲੀ ਅਸੀਂ 2 ਤੋਂ 4, 4 ਤੋਂ 6, 8, 10 ਕਰਦੇ ਆ ਗਏ। ਫਿਰ ਹੁਣ ਸਾਡੇ ਕੋਲ 78 ਟਰੱਕ ਨੇ ਜੀ ਅਤੇ 104 ਟ੍ਰੇਲਰ ਨੇ ਅਤੇ ਅਸੀਂ ਡੈਲੀਕੇਟ ਜਿਹਾ ਕੰਮ ਕਰਦੇ ਹਾਂ ਜੀ। ਅਤੇ ਉਦੋਂ ਬਾਅਦ ਨਾਲ ਸਾਨੂੰ ਮਹਿਸੂਸ ਹੋਇਆ ਵੀ ਆਪਣੀ ਜਗ੍ਹਾ ਚਾਹੀਦੀ ਹੈ, ਤਾਂ ਆਪ ਅਸੀਂ ਦੋਨੇ ਆਪਦੇ ਟਰੱਕਾਂ ਤੋਂ ਹੀ ਹੌਲੀ ਹੌਲੀ ਸਿੱਖਦੇ ਸਿੱਖਦੇ ਮਕੈਨਿਕ ਦਾ ਕੰਮ ਕਰਨਾ ਸ਼ੁਰੂ ਕਰਤਾ। ਅਤੇ ਹੁਣ ਸਾਡੇ ਕੋਲ ਹਰ ਇੱਕ ਚੀਜ਼ ਇਨ ਹਾਊਸ ਹੈ, ਰਿਪੇਅਰ ਸ਼ੋਪ, ਟਰੱਕ ਵਾਸ਼, ਪੇਪਰ ਵਰਕ ਦਾ ਕੰਮ ਹੈ ਜਿਹੜਾ। ਹਾਂਜੀ, ਉਹ ਪੈਨ ਵਾਲੇ ਆਫਿਸ ਦੇ ਵਿੱਚ ਹੈ। ਜੇ ਉੱਧਰ ਵੀ ਆਪਾਂ ਤੁਰਾਂਗੇ ਨਵਦੀਪ ਭਾਜੀ ਜ਼ਰੂਰ, ਪਰ ਅਸੀਂ ਟਰੱਕਾਂ ਦੇ ਨਾਲ ਰਿਲੇਟਡ ਸ਼ੋਅ ਹੈਗਾ। ਹਾਂਜੀ, ਕੋਸ਼ਿਸ਼ ਇਹ ਹੈ ਕਿ ਅਸੀਂ ਟਰੱਕਾਂ ਬਾਰੇ ਜਾਣਕਾਰੀ ਲੋਕਾਂ ਨੂੰ ਦਈਏ, ਕਿਉਂਕਿ ਸਾਡੇ ਲੋਕ ਜਿਹੜੇ ਹੈਗੇ ਨੇ ਉਹ ਕੰਮ ਸ਼ੁਰੂ ਕਰ ਲੈਂਦੇ ਨੇ ਦੇਖਾ ਦੇਖੀ। ਹਾਂਜੀ, ਠੀਕ ਹੈ ਜੀ। ਦੇਖਿਆ ਵੀ ਨਵਦੀਪ ਉਹਨਾਂ ਦੇ
ਅੱਜ ਹੈਗੇ ਨੇ ਦੋ ਟਰੱਕ ਸੀ ਉਦੋਂ ਹੁਣ 78 ਨੇ ਟਰੱਕ ਤੇ ਵੀ ਫਟਾਫਟ ਕਰ ਲਓ ਕੰਮ ਰਾਤੋਂ ਰਾਤ ਕੰਮ ਹੋ ਜਾਂਦਾ। ਹਾਂਜੀ ਇਹਦੇ ਵਾਸਤੇ ਅਸੀਂ ਗੱਲਬਾਤ ਕਰਨੀ ਚਾਹੁੰਦੇ ਹਾਂ ਕਿ ਇਹ ਕਿੰਨਾ ਕੁ ਔਖਾ ਸਫ਼ਰ ਹੈਗਾ ਟਰੱਕਾਂ ਦਾ ਜਾਂ ਵਾਕਿਆ ਹੀ ਸੌਖਾ ਇਹ ਜੀ? ਜੇ ਤਾਂ ਜਿੱਦਾਂ ਆਮ ਤੌਰ 'ਤੇ ਸੋਚਿਆ ਜਾਂਦਾ ਜਾਂ ਦਿਖਦਾ ਫਿਰ ਤਾਂ ਇਹ ਬਹੁਤ ਸੌਖਾ, ਪਰ ਐਕਚੁਅਲੀ ਇਹ ਇੱਕ ਬਹੁਤ ਵੱਡਾ ਮਿਸ਼ਨ ਹੈ ਜੀ। ਇਹਦੇ ਤੋਂ ਸਟਾਰਟ ਸਾਰੇ ਉੱਥੋਂ ਹੀ ਕਰਦੇ ਨੇ, ਪਰ ਹੁਣ ਸਮੇਂ ਸਮੇਂ ਦੇ ਵਿੱਚ ਤਬਦੀਲੀ ਆਉਣ ਨਾਲ ਰੂਲ ਰੈਗੂਲੇਸ਼ਨ ਔਖੇ ਹੁੰਦੇ ਜਾਂਦੇ ਨੇ ਅਤੇ ਇਹਦੇ ਵਿੱਚ ਇਹ ਇੱਕ ਕਾਫੀ ਵੱਡਾ ਮਿਸ਼ਨ, ਇਸ ਕਰਕੇ ਕਹਿ ਰਿਹਾ ਮੈਂ ਵੀ ਇਹਦੀ ਇਹਨੂੰ ਸਮਝਣਾ ਪੈਣਾ ਵੀ ਇਹ ਸ਼ੁਰੂ ਕਿੱਥੋਂ ਹੁੰਦਾ ਜਾਂਦਾ ਕਿੱਥੇ ਆ। ਇਹ ਵੀ ਇੱਕ ਸਟੱਡੀ ਹੋਈ ਆ, ਇਹ ਨਹੀਂ ਵੀ ਲਾਇਸੈਂਸ ਬਣਾ ਲਿਆ ਤੇ ਮੁੜ ਕੇ ਚੱਲ ਗੱਲ ਬਣ ਗਈ ਸਾਰਾ ਕੁਝ ਆ ਗਿਆ, ਕਿਉਂਕਿ ਇਹ ਆਪਣੇ ਬੰਦੇ ਸਾਰੇ ਹੀ ਇਹ ਸੋਚਦੇ ਆ ਵੀ ਅਸੀਂ ਲਾਇਸੈਂਸ ਲੈ ਕੇ ਗੇੜਾ ਚੱਕ ਲੈਣਾ ਟਰੱਕ ਤੇ ਉਸ ਤੋਂ ਬਾਅਦ ਕੰਮ ਸੌਖਾ, ਉਹ ਇਸ ਤਰੀਕੇ ਨਾਲ ਬੜਾ ਸੌਖਾ ਲੱਗਦਾ, ਪਰ ਇਹਦੀਆਂ ਜਿੰਨੀਆਂ ਰਿਕੁਆਇਰਮੈਂਟਾਂ ਨੇ, ਜਿੰਨਾ ਪੇਪਰ ਵਰਕ ਹੈ, ਜਿੰਨੀ ਇਹਦੇ 'ਤੇ ਮਿਹਨਤ ਹੈ, ਹੁਣ ਤੁਸੀਂ ਇਕੱਲੀ ਇਕੱਲੀ ਚੀਜ਼ ਨੂੰ ਜੇ ਕਾਊਂਟ ਕਰਨ ਲੱਗ ਜਾਓਗੇ ਫਿਰ ਮੈਨੂੰ ਲੱਗਦਾ ਵੀ ਇਹ ਬਹੁਤ ਔਖਾ ਹੋ ਜਾਂਦਾ, ਕਿਉਂਕਿ ਅਸੀਂ ਇਹਦੇ ਵਿੱਚ ਡਾਊਨ ਸਾਈਡ ਵੀ ਦੇਖਣੀ ਹੈ। 2018 ਦੇ ਵਿੱਚ ਲੋਡ ਬੜੇ ਹਾਈ ਸੀ ਅਤੇ ਟਰੱਕਾਂ ਦੀ ਗਿਣਤੀ ਬਹੁਤ ਜ਼ਿਆਦਾ ਵੱਧ ਗਈ, ਤੋ ਕਿਸੇ ਨੇ ਇਹ ਨਹੀਂ ਸੋਚਿਆ ਵੀ 2019 ਵੀ ਆਉਣਾ ਵੀ ਇਹ ਡਾਊਨਫਾਲ ਵੀ ਹੋ ਸਕਦਾ। ਤੋ ਇਹ ਦੇਖੋ ਦੇਖ ਵਾਲਾ ਕੰਮ ਹੈ ਵੀ ਉਹ ਦੂਜੇ ਨੇ 4 ਲੈ ਲਏ ਮੈਂ 6 ਲੈਣੇ ਨੇ, ਤੋ ਇਹ ਇਹ ਟਰੱਕ ਇਹ ਲੈਣਾ ਸੌਖਾ, ਇੱਥੇ ਜ਼ਿਆਦਾ ਪ੍ਰੋਸੀਜਰ ਨਹੀਂ ਲੰਬਾ ਚੌੜਾ, ਮਤਲਬ ਟਰੱਕ ਲੈਣਾ ਬਾਅਦ ਦੇ ਵਿੱਚ ਉਹਦੀਆਂ ਜਿਹੜੀਆਂ ਕਿਸ਼ਤਾਂ ਜਾਣੀਆਂ ਸਾਰਾ ਕੁਝ ਜਾਣਾ ਹੁੰਦਾ? ਇਹ ਹੈ ਬੜਾ ਸੌਖਾ ਹੈ ਜੀ ਲੈਣਾ, ਟਰੱਕ ਲੈਣਾ ਤਾਂ ਈਜ਼ੀ ਹੈ ਵੀ ਅਸੀਂ ਅਕਸਰ ਕਹਿੰਦੇ ਹੁੰਦੇ ਹਾਂ ਵੀ ਜਿਹੜੇ ਬੰਦੇ ਸਾਡੇ ਉਹ 7 ਸਟੈਂਡਰਡ ਦਾ ਐਗਜ਼ਿਟ ਕੱਢ ਲੈਂਦੇ ਨੇ ਤਾਂ ਉਹ ਟਰੱਕ ਲੈ ਆਉਂਦੇ ਆ, ਪਰ ਇਹਦਾ ਐਕਚੁਅਲੀ ਬੜਾ ਬੜੀਆਂ ਰਿਕੁਆਇਰਮੈਂਟਸ ਨੇ ਜਿਹੜੀਆਂ ਔਨ ਦਾ ਵੇ ਸਾਨੂੰ ਲੋਡ ਹੁੰਦੀਆਂ ਨੇ, ਅਤੇ ਸਾਡੀਆਂ ਕੈਲੀਫੋਰਨੀਆ ਦੇ ਵਿੱਚ ਆਲਮੋਸਟ ਮੇਰਾ ਮੰਨਣਾ ਵੀ 85% ਕੰਪਨੀਆਂ ਨੇ ਜਿਹੜੀਆਂ ਉਹ ਇਨਕਲੂਡਿੰਗ ਆਪਣੀਆਂ ਆਪਣੀ ਕਮਿਊਨਿਟੀ ਦੀਆਂ ਅਤੇ ਹੋਰਾਂ ਕਮਿਊਨਿਟੀ ਦੀਆਂ 85% ਕੰਪਲਾਇੰਸ ਦੇ ਵਿੱਚ ਨਹੀਂ ਹੈਗੀਆਂ। ਅੱਛਾ, ਤੋ ਇਹ ਜਿਹੜੀਆਂ ਚੀਜ਼ਾਂ ਨੇ ਇਹ ਹਰਟ ਕਰਦੀਆਂ ਨੇ, ਅਤੇ ਅਸੀਂ ਜ਼ਿੰਦਗੀ 'ਚ ਦੋ ਚੀਜ਼ਾਂ ਜ਼ਰੂਰ ਲਰਨ ਕੀਤੀਆਂ, ਲਰਨ ਅਸੀਂ ਸਭ ਕੁਛ ਉਰੋਂ ਹੀ ਕੀਤਾ, ਕੋਈ ਸਾਡੇ ਕੋਲ ਬਿਜ਼ਨਸ ਮੈਨੇਜਮੈਂਟ ਦੀ ਡਿਗਰੀ ਨਹੀਂ ਸੀਗੀ ਵੀ ਕੁਛ ਨਹੀਂ ਹੁੰਦਾ ਦੇਖ ਲਾਂਗੇ, ਇਹ ਦੋ ਵਰਡ ਨੇ ਜਿਹੜੇ ਇਹ ਆਪਣੀ ਡਿਕਸ਼ਨਰੀ ਦੇ ਵਿੱਚੋਂ ਕੱਢਣੇ ਪੈਣੇ ਆ, ਇਹ ਪੰਜਾਬੀਆਂ ਦੇ ਵਿੱਚ ਇਹ ਹੈਗੇ ਨੇ। ਹਾਂਜੀ, ਨਹੀਂ ਤਾਂ ਬਹੁਤ ਸਾਰੀਆਂ ਜਿਹੜੇ ਹੈਗੇ ਨੇ ਅਸੀਂ ਕਹਿ ਲਈਏ ਲਾਲਾ ਕੌਮ ਹੈਗੀ ਆ ਉਹ ਪਹਿਲਾਂ ਨਫ਼ਾ ਦੇਖਦੀ ਫਿਰ ਕੰਮ ਸ਼ੁਰੂ ਕਰਦੀ, ਠੀਕ ਹੈ ਜੀ, ਕਈ ਹੈਗੇ ਨੇ ਉਹ ਨੁਕਸਾਨ ਦੇਖਦੇ ਨੇ ਫਿਰ ਕੰਮ ਸ਼ੁਰੂ ਕਰਦੇ ਨੇ, ਆਪਣੇ ਹੈਗਾ ਵੀ ਸ਼ੁਰੂ ਕਰ ਲਓ ਦੇਖੀ ਜੀ। ਅੱਜ ਟਰੱਕਿੰਗ ਇੰਡਸਟਰੀ ਕਿੱਥੇ ਖੜੀ ਆ? ਬਹੁਤ ਸਾਰੇ ਲੋਕ ਡਰੇ ਹੋਏ ਨੇ, ਬਹੁਤ ਸਾਰੇ ਲੋਕਾਂ ਨੇ ਕੰਪਨੀਆਂ ਬੰਦ ਕਰਤੀਆਂ, ਬਹੁਤ ਸਾਰੇ ਲੋਕ ਕਹਿੰਦੇ ਵੀ ਬਿਲਕੁਲ ਡਾਊਨਫਾਲ ਹੈਗਾ, ਤੁਹਾਡੇ ਹਿਸਾਬ ਨਾਲ ਕਿੱਥੇ ਖੜੀ ਆ ਟਰੱਕਿੰਗ ਕੰਪਨੀ ਜੀ? ਉਹਨਾਂ ਟਰੱਕਿੰਗ ਕੰਪਨੀਆਂ ਦੋ ਤਰ੍ਹਾਂ ਦੀਆਂ ਟਰੱਕਿੰਗ ਕੰਪਨੀਆਂ ਨੇ, ਇੱਕ ਨੂੰ ਅਸੀਂ ਕਹਿੰਦੇ ਹੁੰਦੇ ਹਾਂ ਵੀ ਇਹ ਬਰਸਾਤੀ ਡੱਡੂ ਨੇ, ਜਿਹੜੀਆਂ ਤਾਂ ਬਰਸਾਤੀ ਡੱਡੂ ਵਾਲੀਆਂ ਕੰਪਨੀਆਂ ਨੇ, ਉਹ ਕੰਪਨੀਆਂ ਇਹ ਨੇ ਵੀ ਉਹ ਸਿਰਫ ਹਾਈ ਐਂਡ ਦੇਖਦੀਆਂ ਨੇ, ਉਹਨਾਂ ਦਾ ਕੋਈ ਸਟੇਬਲ ਬਿਜ਼ਨਸ ਨਹੀਂ ਹੈਗਾ, ਉਹ ਕੰਪਨੀਆਂ ਨੇ ਜਿਹੜੀਆਂ ਉਹ ਬਹੁਤ ਜ਼ਿਆਦਾ ਸਫ਼ਰ ਕਰ ਰਹੀਆਂ ਨੇ। ਠੀਕ ਹੈ, ਜਿਹੜੀਆਂ ਕੰਪਨੀਆਂ ਦਾ ਸਟੇਬਲ ਬਿਜ਼ਨਸ ਹੈ, ਜਿਨ੍ਹਾਂ ਦੇ ਐਕਸਪੈਂਸ ਘੱਟ ਨੇ, ਇਨ ਹਾਊਸ ਕੰਮ ਜ਼ਿਆਦਾ ਨੇ, ਅਤੇ ਉਹ ਕੰਪਨੀਆਂ ਨੇ ਜਿਹੜੀਆਂ ਉਹ ਥੋੜ੍ਹਾ ਘੱਟ ਸਫ਼ਰ ਕਰ ਰਹੀਆਂ, ਸਫ਼ਰ ਉਹ ਵੀ ਕਰ ਰਹੇ ਨੇ ਕਿਉਂਕਿ ਮਾਰਕੀਟ ਦੇ ਨਾਲ ਹੀ ਸਾਰਿਆਂ ਨੇ ਚੱਲਣਾ। ਅੱਛਾ, ਇੱਕ ਇਹ ਵੀ ਚੀਜ਼ ਹੈਗੀ ਹੈ ਕਿ ਦੂਜੇ ਜਦੋਂ ਮੈਂ ਤੁਹਾਡੇ ਕੋਲ ਕੰਮ ਕਰਦਾ ਸਿੱਖਦਾ, ਮੈਂ ਆਪਣੇ ਦੋ ਟਰੱਕ ਪਾ ਕੇ ਮੁੜ ਕੇ ਡਾਊਨ ਰੇਟ ਕਰਕੇ ਘੱਟ ਤੇ ਲੋਡ ਚੱਕ ਕੇ ਤੇ ਮੈਂ ਉਹ ਕਰਨੇ, ਇਹੋ ਜਿਹਾ ਵੀ ਚੱਲਦਾ ਆਪਣੇ ਕੋਲ? ਇਹ ਸਭ ਤੋਂ ਵੱਡੀ ਪ੍ਰੋਬਲਮ ਇਹ ਹੈ ਜੀ। ਅੱਛਾ, ਜੇ ਤੁਸੀਂ ਕਿਸੇ ਰੈਪੂਟੇਟਡ ਕੰਪਨੀ ਨਾਲ ਕੰਮ ਕਰਦੇ ਹੋ ਜੀ, ਤਾਂ ਉਹ ਮਾਰਕੀਟ ਦੇ ਵਿੱਚ ਰੈਪੂਟੇਸ਼ਨ ਵਾਲੇ ਹੀ ਲੋਡ ਤੁਹਾਨੂੰ ਲੈ ਕੇ ਦੇਣਗੇ, ਤੋ ਜਿਹੜਾ ਕਿ ਰੇਟ ਖਰਾਬ ਨਹੀਂ ਹੋਊਗਾ ਜੀ। ਚਲੋ ਆਓ ਜੀ, ਸੋਨੂੰ ਭਾਜੀ ਬਹੁਤ ਬਹੁਤ ਵਧੀਆ ਗੱਲਾਂ ਹੋਈਆਂ, ਹੋਰ ਵੀ ਤੁਹਾਡੀ ਜ਼ਿੰਦਗੀ ਬਾਰੇ ਵੀ ਜਾਣਨ ਦੀ ਕੋਸ਼ਿਸ਼ ਕਰਾਂਗੇ, ਬਾਕੀ ਇੱਥੇ ਵੀ ਗੱਲਬਾਤ ਕਰਦੇ ਹਾਂ। ਠੀਕ, ਫਿਲਹਾਲ ਇੱਕ ਬ੍ਰੇਕ ਲੈਂਦੇ ਹਾਂ ਜੀ, ਬ੍ਰੇਕ ਤੋਂ ਬਾਅਦ ਫਿਰ ਮਿਲਦੇ ਹਾਂ ਘਰਾਂ ਵਿੱਚ ਬੈਠੇ ਦਰਸ਼ਕਾਂ ਨੂੰ। ਠੀਕ ਹੈ ਵੀਰ, ਅਤੇ ਰਿਪੇਅਰ ਦੀ ਅਗਰ ਗੱਲ ਕਰੀਏ, ਰਿਪੇਅਰ ਕਿੰਨੀ ਕੁ ਜ਼ਰੂਰੀ ਹੈ, ਇਗਨੋਰ ਕਰ ਸਕਦੇ ਕੋਈ ਚੀਜ਼ ਕਿ ਨਹੀਂ ਕਰ ਸਕਦੇ? ਨਹੀਂ, ਤੁਸੀਂ ਰਿਪੇਅਰ ਇਗਨੋਰ ਨਹੀਂ ਕਰ ਸਕਦੇ, ਜੇ ਪ੍ਰੋਬਲਮ ਆਉਂਦੀ ਹੈ ਕਿਤੇ ਇਹ ਛੋਟੀ ਤੋਂ ਵੱਡੀ ਬਣੇਗੀ। ਅੱਛਾ, ਖਤਮ ਨਹੀਂ ਹੋਏਗੀ? ਠੀਕ ਹੈ, ਅਤੇ ਸਾਨੂੰ ਮੌਕੇ ਦੇ ਮੌਕੇ ਕਰਨੀ ਪੈਣੀ ਹੈ। ਜੀ, ਅੱਜ ਦਾ ਟਰੱਕ ਸ਼ੋ ਮਾਈਲਜ ਐਂਡ ਸਟਾਈਲ ਜਿਹੜਾ ਤੁਸੀਂ ਦੇਖ ਰਹੇ ਹੋ US ਸਿਟੀ ਲਿੰਕ ਵਹੀਕਲਸ ਫੀਲਡ ਦੇ ਵਿੱਚੋਂ ਨਵਦੀਪ ਹੁਣਾਂ ਨਾਲ ਆਪਾਂ ਗੱਲ ਕੀਤੀ। ਹੁਣ ਦਵਿੰਦਰ ਸਿੰਘ ਜੀ ਨਾਲ ਗੱਲ ਕਰਦੇ ਹਾਂ, ਜੋ ਕਿ ਡੈਡੀ ਔਰ ਟਰੱਕ ਵਾਸ਼
ਸਾਰਾ ਕੰਮ ਇਹ ਦੇਖਦੇ ਨੇ। ਸਤਿ ਸ਼੍ਰੀ ਅਕਾਲ ਜੀ। ਜੀ ਹਾਂਜੀ, ਅੱਜ ਬੜਾ ਵਧੀਆ ਲੱਗਿਆ ਜੀ, ਇੱਥੇ ਆ ਕੇ ਉਹਨਾਂ ਨਾਲ ਗੱਲ ਹੋਈ ਅਤੇ ਬੜਾ ਵਧੀਆ ਲੱਗਿਆ। ਅਤੇ ਟਰੱਕ ਵਾਸ਼ ਬਾਰੇ ਤੁਸੀਂ ਸਾਰਾ ਦੇਖਦੇ ਹੋ, ਹਾਂਜੀ, ਇਹ ਕਿੰਨਾ ਕੁ ਜ਼ਰੂਰੀ ਹੈ ਟਰੱਕ ਵਾਸ਼ ਟਰੱਕਾਂ ਵਾਸਤੇ? ਕਿੰਨੀ ਦੇਰ ਬਾਅਦ ਕਰਾਉਣਾ ਚਾਹੀਦਾ, ਜੇ ਨਹੀਂ ਕਰਾਉਂਦੇ ਤਾਂ ਕੀ ਨੁਕਸਾਨ ਹੈਗੇ ਨੇ? ਦੋ ਚੱਕਰਾਂ ਬਾਅਦ ਤਾਂ ਧਵਾਉਣਾ ਚਾਹੀਦਾ, ਤਿੰਨ ਚੱਕਰਾਂ ਬਾਅਦ। ਅੱਛਾ ਜੀ, ਜ਼ਰੂਰੀ ਆ, ਕਿਉਂ ਲਿਬੜਦੇ ਬਹੁਤ ਆ। ਅੱਛਾ ਜੀ, ਇਸੇ ਕਰਕੇ ਕੋਈ ਹੈਗੇ ਪੰਜਾਬੀ ਇਹੋ ਜਿਹੇ ਵੀ ਚੱਲ ਛੱਡ ਪਰੇ ਧਵਾ ਲਾਂਗੇ, ਪੰਜ ਚਾਰ ਚੱਕਰਾਂ ਬਾਰੇ ਬਾਹਰ ਨਹੀਂ ਦੇਖੀ? ਬਹੁਤ ਜ਼ਿਆਦਾ ਆ ਜੀ ਪੰਜਾਬੀ ਵਿੱਚ, ਜਿਹੜੇ ਧਵਾਉਂਦੇ ਹੀ ਨਹੀਂ, ਕਾਲੇ ਹੋ ਕੇ ਆਉਂਦੇ ਟਰਾਲੇ, ਦੋ ਦੋ ਮਹੀਨੇ ਨਹੀਂ ਆਉਂਦੇ ਜੀ। ਹਾਂ, ਜੇ ਇਹਨੂੰ ਵੈਸੇ ਨਹੀਂ ਧਵਾਉਂਦੇ, ਵੈਸੇ ਤਾਂ ਆਪਾਂ ਜਿਵੇਂ ਦੇਖੀਏ ਵੀ ਅਸੀਂ ਨਾ ਨਹਾਈਏ ਤਾਂ ਬੜਾ ਔਖਾ ਲੱਗਣ ਲੱਗ ਪੈਂਦਾ, ਜਿਵੇਂ ਮਸ਼ੀਨਰੀ ਹੈਗੀ ਆ। ਅਤੇ ਇਹਦੇ ਕੋਈ ਵੈਸੇ ਵੀ ਨੁਕਸਾਨ ਹੈਗੇ, ਜੇ ਜ਼ਿਆਦਾ ਦੇਰ ਕੋਈ ਟਰੱਕ ਨਹੀਂ ਧਵਾਉਂਦਾ ਤਾਂ ਕੋਈ ਇਹਦੇ ਇਹਦੇ ਪਾਰਟਸ ਜਿਹੜੇ ਹੈਗੇ ਜਾਂ ਕਿਸੇ ਤਰ੍ਹਾਂ ਨੁਕਸਾਨ ਹੈਗਾ? ਇਹਦੇ ਜਦੋਂ ਨਾ ਧਵਾਈਏ ਨਿਮਕ ਨਾਲ ਲਿਬੜੇ ਹੁੰਦੇ, ਸਾਰੇ ਪੁਰਜ ਖਰਾਬ ਹੋਣ ਲੱਗ ਜਾਂਦੇ ਆ, ਵਿੱਚੋਂ ਗਲ ਜਾਂਦੀ, ਗਲ ਜਾਂਦੀ ਆ, ਬਾਡੀ ਗਾਰਡ ਲੱਗ ਜਾਂਦੀ ਹੈ। ਅੱਛਾ, ਠੀਕ ਹੈ। ਕਿ ਤੁਸੀਂ ਕਾਫੀ ਟਰੱਕ ਵਾਸ਼ ਵੀ ਕਾਫੀ ਦੇਰ ਤੋਂ ਹੈ? ਹਾਂ ਹੈਗਾ, ਚਾਰ ਪੰਜ ਸਾਲ ਹੋ ਗਏ ਸਾਡੇ ਜੀ। ਠੀਕ ਹੈ ਜੀ, ਅਤੇ ਇੱਥੇ ਰਿਪੇਅਰ ਦਾ ਵੀ ਹੈਗਾ ਟਰੱਕ ਵਾਸ਼ ਦਾ? ਹਾਂਜੀ, ਠੀਕ ਹੈ ਜੀ। ਤੁਹਾਨੂੰ ਕਿੰਨੀ ਦੇਰ ਹੋ ਗਈ ਆਇਆਂ ਨੂੰ? ਮੈਨੂੰ 8 ਸਾਲ ਹੋ ਗਏ ਜੀ। ਅੱਛਾ ਜੀ, ਹਾਂਜੀ। ਅਤੇ ਪੰਜਾਬ ਵਧੀਆ ਕਿ ਇੱਧਰ ਵਧੀਆ? ਫਿਰ ਇਹ ਵਧੀਆ ਜੀ। ਚਲੋ ਜੀ, ਦਵਿੰਦਰ ਸਿੰਘ ਜੀ ਨਾਲ ਗੱਲਬਾਤ ਕੀਤੀ ਆ, ਆਪਾਂ ਹੁਣ ਤੁਹਾਨੂੰ ਲੈ ਚੱਲਦੇ ਹਾਂ ਰਿਪੇਅਰ ਸ਼ਾਪ ਦੇ ਵਿੱਚ, ਉੱਥੇ ਦੇਖਦੇ ਹਾਂ ਕੀ ਮਾਹੌਲ ਹੈ। ਵਾਹ ਜੀ ਵਾਹ, ਅਜੀਤ ਭਾਅ ਜੀ ਨੂੰ ਲੱਭਦੇ ਫਿਰਦੇ। ਕਮਲਜੀਤ ਸਿੰਘ ਜੀ, ਕੀ ਹਾਲ ਚਾਲ ਹੈ? ਲਓ ਜੀ, ਮੈਂ ਤੁਹਾਨੂੰ ਲੱਭ ਰਿਹਾ ਸੀ, ਤੁਸੀਂ ਇੱਥੇ ਮਿਲ ਗਏ। ਔਰ ਢਾ ਰੱਖਿਆ ਜੀ ਇੰਜਣ? ਢਾ ਕੇ ਜੀ। ਹੈ ਦੇਖੋ, ਬੜਾ ਇਹ ਪਤਾ ਲੱਗ ਜਾਂਦਾ ਵੈਸੇ, ਲਾਲੀ ਦੇ ਪਤਾ ਸਾਰਾ ਕੁਝ ਇਹ ਕੋਈ। ਮੈਨੂੰ ਲੱਗਦਾ ਜਦੋਂ ਮੈਂ ਵੀ ਕਰਦਾ ਸੀ ਮਕੈਨਿਕੀ, ਤੇ ਇੰਜਣ ਦੇ ਨਟ ਵੱਜ ਜਾਂਦੇ ਪੰਜ ਚਾਰ, ਉਹ ਕਿੱਥੋਂ ਵੱਜ ਜਾਂਦੇ ਉਹ ਨਹੀਂ ਪਤਾ ਲੱਗਦਾ, ਇੱਥੇ ਨਹੀਂ ਵੱਧਦੇ, ਇੰਡੀਆ ਵਿੱਚ ਨਹੀਂ ਵੱਧਦੇ, ਇੱਥੇ ਨਹੀਂ ਵੱਧਦੇ। ਚਲੋ ਬਹੁਤ ਵਧੀਆ ਭਾਅ ਜੀ, ਇੱਥੇ ਰਿਪੇਅਰ ਦਾ ਸਾਰਾ ਮੈਂ ਦੇਖਿਆ। ਹਾਂਜੀ, ਤੇ ਬਹੁਤ ਵਧੀਆ ਹੈਗਾ ਸਰ ਤੁਹਾਡਾ ਸਾਰਾ ਕੰਮ, ਤੁਹਾਡਾ ਟਰੱਕਾਂ ਦਾ ਕੰਮ, ਡਿਸਪੈਚ ਦਾ ਕੰਮ। ਹਾਂਜੀ, ਸੋਨੂੰ ਭਾਅ ਜੀ ਨਾਲ ਪਹਿਲਾਂ ਗੱਲਬਾਤ ਹੋਈ ਹੈ, ਔਰ ਤੁਸੀਂ ਵੀ ਨਾਲ ਪੂਰਾ ਮੋਢੇ ਨਾਲ ਮੋਢਾ ਜੋੜ ਕੇ ਸਾਰੇ ਇਕੱਠੇ ਕੰਮ ਕਰਦੇ ਹੋ। ਹਾਂਜੀ, ਅਤੇ ਰਿਪੇਅਰ ਦੀ ਅਗਰ ਗੱਲ ਕਰੀਏ, ਰਿਪੇਅਰ ਕਿੰਨੀ ਕੁ ਜ਼ਰੂਰੀ ਹੈ? ਇਗਨੋਰ ਕਰ ਸਕਦੇ ਕੋਈ ਚੀਜ਼ ਕਿ ਨਹੀਂ ਕਰ ਸਕਦੇ? ਨਹੀਂ, ਤੁਸੀਂ ਰਿਪੇਅਰ ਇਗਨੋਰ ਨਹੀਂ ਕਰ ਸਕਦੇ। ਜੇ ਪ੍ਰੋਬਲਮ ਆਉਂਦੀ ਹੈ ਕਿਤੇ, ਇਹ ਛੋਟੀ ਤੋਂ ਵੱਡੀ ਬਣੇਗੀ, ਅੱਛਾ, ਖਤਮ ਨਹੀਂ ਹੋਏਗੀ। ਠੀਕ ਹੈ, ਅਤੇ ਸਾਨੂੰ ਮੌਕੇ ਦੇ ਮੌਕੇ ਕਰਨੀ ਪੈਣੀ ਹੈ। ਜਦੋਂ ਮਤਲਬ ਲੰਬੇ ਰੂਟ ਦੇ ਰਸਤੇ 'ਚ ਪ੍ਰੋਬਲਮ ਆਉਂਦੀ ਕਿਸੇ ਨੂੰ, ਤਾਂ ਉਹਨੂੰ ਉੱਥੇ ਲੋਕਲ ਲੱਭ ਕੇ ਕੋਈ ਜਿਹੜਾ ਹੈਗਾ ਰਿਪੇਅਰ ਸ਼ੋਪ ਤੋਂ ਉੱਥੇ ਕੰਮ ਕਰਾਉਣਾ ਪਏਗਾ? ਲੋਕਲ ਜ਼ਿਆਦਾ ਵਧੀਆ ਲੱਭ ਜਾਏ, ਜੇ ਦੂਰੋਂ ਆਉਂਦਾ ਤਾਂ ਮਹਿੰਗਾ ਪੈਂਦਾ, ਦੂਰੋਂ ਮਹਿੰਗਾ ਪੈਂਦਾ। ਤੁਹਾਨੂੰ ਕਿੰਨੀ ਦੇਰ ਹੋ ਗਈ ਇਸ? ਸਾਨੂੰ ਇਹ ਹੋ ਹੀ ਗਏ 8 ਕੁ ਸਾਲ ਜੀ ਇਸ ਕੰਮ ਰਿਪੇਅਰ ਦਾ। ਹਾਂਜੀ, ਅਤੇ ਸਿੱਖਿਆ ਇੱਥੇ ਹੀ ਕਿ ਪਹਿਲਾਂ ਇੰਡੀਆ ਕਿਤੇ ਕੋਈ ਹੱਥ ਪੱਲਾ? ਇੱਥੇ ਸਿੱਖਿਆ ਗਈ, ਇੱਥੇ ਸਿੱਖਿਆ। ਹਾਂਜੀ, ਠੀਕ ਹੈ ਨਹੀਂ, ਵੈਸੇ ਕੰਮ ਜਿਹੜਾ ਹੈਗਾ ਇੱਧਰਲੇ, ਮੈਂ ਇਹ ਵੀ ਇੱਕ ਕੰਮ ਦੇਖਿਆ ਵੀ ਇੰਡੀਆ ਦੇ ਵਿੱਚ, ਮੈਂ ਮੋਟਰਸਾਈਕਲ ਦਾ ਕਰਦਾ ਹੁੰਦਾ ਸੀ ਕੰਮ ਰਿਪੇਅਰ ਦਾ ਹੀ। ਹਾਂਜੀ, ਅਤੇ ਕੱਪੜੇ ਬਹੁਤ ਕਾਲੇ ਹੁੰਦੇ, ਇੱਧਰ ਘੱਟ ਹੁੰਦੇ ਆ, ਇੱਧਰ ਥੋੜ੍ਹਾ ਸਫਾਈ ਨਾਲ ਜ਼ਿਆਦਾ ਹੋ ਜਾਂਦਾ, ਸਫਾਈ ਨਾਲ ਕੰਮ ਹੁੰਦਾ। ਅਤੇ ਰਿਪੇਅਰ ਵਾਸਤੇ ਜਿਹੜੇ ਸਾਡੇ ਟਰੱਕ ਡਰਾਈਵਰ ਇਸ ਵੇਲੇ ਦੇਖ ਰਹੇ ਨੇ, ਉਹਨਾਂ ਨੂੰ ਕਿਹਨਾਂ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਰਿਪੇਅਰ ਕਰਾਉਣ ਵੇਲੇ? ਹਰੇਕ ਚੀਜ਼ ਦੀ ਰੈਗੂਲਰ ਮੈਂਟੇਨੈਂਸ ਹੈ ਜੀ, ਟਾਈਮ ਟਾਈਮ 'ਤੇ ਕੰਪਨੀ ਰਿਕਮੈਂਡ ਕਰਦੀ ਹੈ ਤੁਹਾਨੂੰ ਵੀ ਆਹ ਚੀਜ਼ਾਂ ਇੰਨੇ ਮਿਲਾਂ 'ਤੇ ਕਰਵਾਓ। ਅੱਛਾ, ਜੇ ਆਪਾਂ ਕਰਵਾਈ ਜਾਂਦੇ ਹਾਂ ਤਾਂ ਘੱਟ ਖਰਚਾ ਆਉਂਦਾ ਅਤੇ ਤੁਹਾਡੀ ਪਰੇਸ਼ਾਨੀ ਵੀ ਘੱਟ ਰਾਜ ਹੁੰਦੀ ਹੈ। ਤੁਸੀਂ ਸਿਰਫ ਆਪਣੇ ਟਰੱਕਾਂ ਦੀ ਰਿਪੇਅਰ ਕਰਦੇ ਹੋ ਜਾਂ ਬਾਹਰਲੇ ਹੋਰ ਲੋਕ ਵੀ ਆ ਕੇ ਤੁਹਾਡੇ ਕੋਲ? ਅਸੀਂ ਫਲੀਟ ਦੀ ਵੀ ਮੇਨਟੇਨ ਕਰਦੇ ਹਾਂ ਆਪਦੀ ਨੂੰ। ਅੱਛਾ, ਅਤੇ ਬਾਹਰ ਜੇ ਕੋਈ ਸੱਜਣ ਮਿੱਤਰ ਹੈਗਾ ਉਹਦਾ ਜ਼ਰੂਰ ਐਡਵਾਈਸ ਕਰ ਦਈਦਾ ਉਹਨੂੰ, ਪਰ ਉੱਦਾਂ ਨਹੀਂ ਕਰਦੇ ਅਸੀਂ ਬਾਹਰ। ਅੱਛਾ, ਉੱਦਾਂ ਨਹੀਂ, ਕੋਈ ਆ ਜਾਂਦਾ ਤਾਂ ਬੜਾ? ਹਾਂਜੀ, ਕੋਈ। ਚਲੋ ਠੀਕ ਹੈ, ਬਹੁਤ ਵਧੀਆ ਗੱਲ ਆ। ਅਤੇ ਤੁਸੀਂ ਇੱਕ ਏਰੀਆ ਕਿਹੜਾ ਉੱਧਰੋਂ ਪੰਜਾਬ ਤੋਂ? ਮੈਂ ਫਤਿਹਗੜ੍ਹ ਸਾਹਿਬ ਤੋਂ ਜੀ। ਵਾਹ ਜੀ ਵਾਹ, ਬਹੁਤ ਵਧੀਆ। ਅਤੇ ਕਬੱਡੀ ਕਬੱਡੀ ਖੇਡਦੇ ਰਹੇ ਕਿਤੇ? ਕਿਵੇਂ? ਬਸ ਸਾਰਾ ਕੁਝ, ਮਾਰਬਲ ਲਈ ਤਾਂ ਮੁੱਕੇ ਮੱਕੇ ਜੀ ਕਦੇ। ਅੱਛਾ, ਨਹੀਂ ਬਾਕਸਿੰਗ? ਨਹੀਂ, ਮੈਂ ਰੈਸਲਿੰਗ ਵੀ ਕੀਤੀ ਹੈ। ਰੈਸਲਿੰਗ ਕੀਤੀ ਹੈ ਅਤੇ ਕਬੱਡੀ ਵੀ ਖੇਡੀ ਹੈ ਮਾੜੀ ਮੋਟੀ, ਬਾਲੀ ਤਾਂ ਨਹੀਂ ਖੇਡੀ। ਅੱਛਾ, ਰੈਸਲਿੰਗ ਵੀ ਦੇਖੋ ਜੀ, ਬੜਾ ਭਲਵਾਨੀ ਜਿਹੜਾ, ਬੜਾ ਵਧੀਆ, ਸਿਹਤ ਠੀਕ ਰਹਿੰਦੀ ਹੈ ਬਸ। ਹਾਂਜੀ, ਤੁਸੀਂ ਕੰਮ ਕਰਦੇ ਰਹਿੰਦੇ ਇੱਥੇ ਵੀ ਠੀਕ ਰਹਿੰਦੀ, ਠੀਕ ਰਹਿੰਦੀ ਹੈ। ਪੰਜਾਬ ਦੇ ਵਿੱਚ ਜਿਹੜੇ ਭਲਵਾਨ ਮੁੜ ਕੇ ਕੰਮ ਛੱਡ ਜਾਂਦੇ, ਮੁੜ ਕੇ ਗੋਲੀਆਂ ਹੋ ਜਾਂਦੇ। ਹਾਂਜੀ, ਚਲੋ ਅਜੀਤ ਭਾਅ ਜੀ, ਬਹੁਤ ਬਹੁਤ ਤੁਹਾਡਾ ਧੰਨਵਾਦ, ਔਰ ਬਹੁਤ ਆਲ ਦਾ ਬੈਸਟ, ਮਿਲਦੇ ਹਾਂ ਫਿਰ ਜੀ। ਸਾਰਿਆਂ ਨੂੰ ਜੀ, ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ ਤੁਹਾਡਾ। ਟਰੱਕਾਂ ਨਾਲ ਸੰਬੰਧਿਤ ਹੋਰ ਜਾਣਕਾਰੀ ਵਾਸਤੇ, ਰਿਪੇਅਰ ਦੀ ਖਾਸ ਤੌਰ 'ਤੇ ਅਗਰ ਗੱਲ ਕਰੀਏ, ਤਾਂ ਮੈਂ ਬੁਲਾਉਣਾ ਨਵਨੀਤ ਸਿੰਘ ਜੀ। ਮੋਨੂ ਭਾਅ ਜੀ, ਕੀ ਹਾਲ ਚਾਲ ਹੈ? ਮੈਂ ਕਹਿੰਦਾ ਜੀ, ਕੰਮ ਤੋਂ ਤੁਹਾਨੂੰ ਹਟਾਇਆ ਥੋੜ੍ਹੀ ਦੇਰ ਵਾਸਤੇ, ਬਹੁਤ ਜ਼ਰੂਰੀ ਸੀਗਾ ਸਾਡੇ ਟਰੱਕ ਡਰਾਈਵਰਾਂ ਵਾਸਤੇ। ਰਿਪੇਅਰ ਦੀ ਅਸੀਂ ਗੱਲ ਕਰਦੇ ਸੀਗੇ। ਹਾਂਜੀ, ਰਿਪੇਅਰ ਦਾ ਕਦੇ ਜਿਹੜਾ ਕੋਈ ਪ੍ਰੋਬਲਮ ਆਉਂਦੀ ਹੈ, ਹਾਂਜੀ, ਜੇ ਰਸਤੇ 'ਚ ਪ੍ਰੋਬਲਮ ਆਉਂਦੀ ਹੈ ਤਾਂ ਉਹਨਾਂ ਨੂੰ ਕੀ ਉਦੋਂ ਕਰਨਾ ਚਾਹੀਦਾ ਕਿਸੇ ਤਰ੍ਹਾਂ ਦੀ ਪ੍ਰੋਬਲਮ ਆਉਂਦੀ? ਰਸਤੇ ਦੇ ਵਿੱਚ ਜਦੋਂ ਵੀ ਪ੍ਰੋਬਲਮ ਆਉਂਦੀ ਹੈ ਤਾਂ ਰੋਡ ਸਰਵਿਸ ਨੂੰ ਸੱਦਣਾ ਪੈਂਦਾ। ਅੱਛਾ, ਜਾਂ ਮੇ ਵੀ ਜਦੋਂ ਆਪਾਂ ਇੱਥੋਂ ਤੁਰਦੇ ਹਾਂ, ਮੇ ਵੀ ਸਾਰਾ ਟਰੱਕ ਚੈੱਕ ਕਰਾ ਕੇ ਤੁਰਨਾ ਚਾਹੀਦਾ ਆ, ਕਿਉਂਕਿ ਜਦੋਂ ਆਪਾਂ ਆਪਣੇ ਸਿਟੀ
ਓਬਵੀਅਸਲੀ ਬਹੁਤ ਮਹਿੰਗੀ ਹੁੰਦੀ ਆ। ਇੱਥੋਂ ਜਾੜ ਦੇ ਵਿੱਚੋਂ ਹੀ ਸਾਰਾ ਕੁਝ ਚੈੱਕ ਕਰਕੇ ਤੁਰਨਾ ਚਾਹੀਦਾ। ਕਦੇ ਪ੍ਰੋਬਲਮ ਆਈ ਰਿਪੇਅਰ ਕਰਨ ਦੇ ਵਿੱਚ? ਪ੍ਰੋਬਲਮ ਨਹੀਂ, ਗੇਪ ਫਸ ਗਿਆ ਹੋਵੇ ਯਾਰ ਇਹ। ਹਾਂਜੀ, ਜਦੋਂ ਵੀ ਕੋਈ ਪ੍ਰੋਬਲਮ ਆਉਂਦੀ ਆ, ਮੇਰਾ ਵੀਰ ਸੋਨੂ ਤੇ ਬੜਾ ਵੀਰ ਤੇ ਮੇਰਾ ਬੜਾ ਵੀਰ ਜੀਤ, ਉਹਨਾਂ ਦੀ ਹੈਲਪ ਲੈ ਲਈਦੀ ਆ। ਉਹਨਾਂ ਦੀ ਹੈਲਪ ਲੈਂਦੇ? ਹਾਂਜੀ, ਹੈਲਪ ਜੀ, ਬਹੁਤ ਮਿਹਰਬਾਨੀ ਔਰ ਥੈਂਕ ਯੂ ਤੁਹਾਡਾ। ਓਕੇ ਜੀ, ਆਓ ਜੀ ਭਾਜੀ, ਆਪਾਂ ਹੁਣ ਕਿਹੜੀ ਜਗ੍ਹਾ ਜਾ ਰਹੇ ਆਪਾਂ? ਆਪਾਂ ਜੀ ਪੈਨਮਾ ਲਾਈਨ ਜਾਣਾ। ਪੈਨਮਾ ਲਾਈਨ ਸਿਟੀ ਰੀਐਕਸ਼ਨ ਤੁਹਾਡਾ ਉੱਥੇ ਜਿਹੜਾ ਆਫਿਸ ਹੈਗਾ ਉੱਥੇ ਜਾਣਾ? ਹਾਂਜੀ, ਠੀਕ ਹੈ ਭਾਜੀ। ਜੀਤ ਭਾਜੀ ਬਹੁਤ ਮਿਹਰਬਾਨੀ, ਬੜਾ ਵਧੀਆ ਲੱਗਿਆ ਜੀ ਮਿਲ ਕੇ, ਫਿਰ ਦਰਸ਼ਨ ਮਿਲਣੇ ਜ਼ਰੂਰ ਕਰਾਂਗੇ। ਓਕੇ ਜੀ, ਮੈਂ ਜਾ ਕੇ ਆਇਆ ਫਿਰ। ਟਰੈਕਿੰਗ ਨਾਲ ਰਿਲੇਟਡ ਕਿਹੜੀਆਂ ਕਿਹੜੀਆਂ ਸਰਵਿਸਿਜ਼ ਹੈਗੀਆਂ ਜਿੱਥੇ? ਵਿੱਚ ਟਰੈਕਿੰਗ ਦਾ ਫੁੱਲ ਪੈਕੇਜ ਹੈਗਾ, ਕਾਰਪੋਰੇਸ਼ਨ, LLC, DBA, ਦੈਨ ਅੱਗੇ ਆਪਾਂ ਜਿੱਦਾਂ DOT, MC, ਅੱਗੇ ਜੋ ਉਹਨਾਂ ਦੇ ਪਰਮਿਟਸ ਨੇਗੇ, ਐਵਰੀਥਿੰਗ ਇੰਕਲੂਡ ਨੇ। ਅੱਛਾ ਭਾਅ ਜੀ, ਇੱਥੇ ਹੈ ਸਾਰਾ ਆਫਿਸ ਜਿਹੜਾ, ਹੈ ਨਾ ਆਪਣਾ ਕੰਮ, ਪੇਪਰ ਵਰਕ ਸਾਰਾ ਜੀ? ਨਵਦੀਪ ਭਾਅ ਜੀ, ਵੈਸੇ ਤਾਂ ਸਾਰਾ ਕੁਝ ਲਿਖਿਆ ਹੀ ਹੋਇਆ, ਇਮੀਗ੍ਰੇਸ਼ਨ ਪੇਪਰ ਵਰਕ, ਇੰਡੀਅਨ ਕੰਸਲਰੀ ਸਰਵਿਸ, ਟਰੈਕਿੰਗ ਰਿਲੇਟਡ ਪੇਪਰ ਵਰਕ, ਡਰੱਗ ਟੈਸਟਿੰਗ, ਕਾਰ ਰਜਿਸਟਰਿੰਗ ਸਰਵਿਸ ਅਤੇ ਬਾਕੀ ਨਵੇਂ ਬਿਜ਼ਨਸ ਦੀਆਂ ਵੀ ਸਰਵਿਸ। ਹਾਂਜੀ, ਇਹ ਸਾਰਾ ਕੁਝ ਇੱਥੇ ਤੁਸੀਂ ਮੈਨੇਜ ਕਰਦੇ ਹੋ ਫਿਰ ਇਹਦਾ? ਅਗਰ ਅਸੀਂ ਗੱਲ ਕਰੀਏ ਪਹਿਲਾਂ ਇਮੀਗ੍ਰੇਸ਼ਨ ਪੇਪਰ ਵਰਕ ਦੀ, ਇਹ ਕੀ ਚੀਜ਼ ਹੈ? ਜੋ ਵੀ ਜੀ ਇਮੀਗ੍ਰੇਸ਼ਨ ਦੀਆਂ ਲੋੜੀਂਦੀਆਂ ਪਟੀਸ਼ਨਸ ਨੇ, ਉਹਨਾਂ ਦੀ ਫਾਰਮ ਭਰਨ ਦੇ ਵਿੱਚ ਅਸੀਂ ਹੈਲਪ ਕਰਦੇ ਹਾਂ ਉਰੇ, ਅਤੇ ਜੋ ਉਸ ਤੋਂ ਬਾਅਦ ਗ੍ਰੀਨ ਕਾਰਡ, ਵਰਕ ਪਰਮਿਟ ਜੋ ਵੀ ਅਪਲਾਈ ਕਰਨੇ ਆ, ਉਹਨਾਂ ਦੀ ਅਸੀਂ ਕਸਟਮਰਾਂ ਦੀ ਹੈਲਪ ਕਰਦੇ ਹਾਂ, ਅਤੇ ਪਾਸਪੋਰਟ, ਇੰਡੀਅਨ ਪਾਸਪੋਰਟ 'ਤੇ ਵੀਜ਼ਾ ਲਗਾਉਣਾ ਹੈ ਤਾਂ ਕੌਂਸਲੇਟ ਨੂੰ ਅਸੀਂ ਉਹ ਪੇਪਰ ਵਰਕ ਪ੍ਰਪੇਅਰ ਕਰਕੇ ਭੇਜਦੇ ਹਾਂ। ਚਲੋ ਆਪਾਂ ਗੱਲ ਕਰੀਏ ਜਿਹੜੇ ਟਰੈਕਿੰਗ ਦੇ ਨਾਲ ਰਿਲੇਟਡ ਪੇਪਰ ਵਰਕ ਹੈਗਾ, ਨਵੀਂ ਕੰਪਨੀ ਦੀ ਅਪਲਾਈ ਕਰਨਾ, ਬਿੱਲ ਆਫ ਸੇਲ, ਫਿਊਲ ਟੈਕਸ, ਇਹ ਸਾਰਾ ਕੁਛ ਹੈਗਾ। ਇਹ ਸਾਰੀਆਂ ਸਰਵਿਸ ਜਿਹੜੀਆਂ ਤੁਸੀਂ ਇੱਥੇ ਪ੍ਰੋਵਾਈਡ ਕਰਦੇ ਹੋ? ਹਾਂਜੀ। ਅਤੇ ਕਿੰਨੀ ਦੇਰ ਹੋ ਗਈ ਇਸ ਆਫਿਸ ਨੂੰ? ਇਹ ਸ਼ੁਰੂ ਕੀਤਾ ਸੀ 2012 ਦੇ ਵਿੱਚ, ਜਨਵਰੀ 'ਚ। ਹਾਂਜੀ, ਤੋ ਜਸ ਤੋਂ ਬਾਅਦ ਅਸੀਂ ਜਿੱਦਾਂ ਜਿੱਦਾਂ ਲੋੜੀਂਦੀਆਂ ਚੀਜ਼ਾਂ ਸਾਨੂੰ ਲੱਗੀ ਗਈਆਂ ਟਰੈਕਿੰਗ ਇੰਡਸਟਰੀ ਵਾਸਤੇ, ਉਹ ਅਸੀਂ ਐਡ ਕਰਦੇ ਚਲੇ ਗਏ। ਤੋ ਟਰੈਕਿੰਗ ਕੰਪਨੀ ਨੂੰ ਖੋਲ੍ਹਣ ਤੋਂ ਲੈ ਕੇ ਉਹਨੂੰ ਓਪਰੇਟਿੰਗ ਤੱਕ, ਉਸ ਤੋਂ ਬਾਅਦ ਉਹਦੇ ਜਿਹੜੇ ਆਡਿਟ ਹੁੰਦੇ ਆ ਉੱਥੇ ਤੱਕ, ਉਹ ਸਾਰਾ ਕੁਛ ਇਸ ਆਫਿਸ ਦੇ ਵਿੱਚ ਅਸੀਂ ਹੈਂਡਲ ਕਰਦੇ ਹਾਂ। ਮਤਲਬ ਜੇ ਕਿਸੇ ਨੇ ਨਵਾਂ ਟਰੱਕ ਲੈਣਾ ਅਤੇ ਉਹ ਸਿੱਧਾ ਤੁਹਾਡੇ ਕੋਲ ਆਵੇ ਅਤੇ ਸਾਰਾ ਕੁਛ ਤੁਸੀਂ ਕਰਕੇ, ਪੇਪਰ ਵਰਕ ਕਰਕੇ ਉਹਨਾਂ ਨਾਲ ਰਿਲੇਟਡ, ਇਹ ਇੱਕ ਕੋਈ ਇਹ ਵੀ ਹੁੰਦਾ ਕੋਈ ਮੈਡੀਕਲ ਵਗੈਰਾ ਵੀ ਹੁੰਦਾ, ਕੀ ਹੁੰਦਾ ਹੈਗਾ? ਡਰੱਗ ਟੈਸਟ, ਸਿਰਫ ਡਰੱਗ ਟੈਸਟ ਹੁੰਦਾ ਜਿਹੜਾ ਅਸੀਂ ਕਰ ਸਕਦੇ ਹਾਂ, ਅਤੇ ਉਹ ਜਿਹੜੀ ਵੀ ਇੱਕ ਨਵੇਂ ਬੰਦੇ ਨੂੰ ਕੰਪਨੀ ਖੁੱਲ੍ਹ ਕੇ ਟਰੱਕ ਲੈਣ ਤੱਕ, ਉਹਨੂੰ ਰੋਡ 'ਤੇ ਚੜ੍ਹਾਉਣ ਤੱਕ ਜਿਹੜੀ ਵੀ ਸਰਵਿਸ ਦੀ ਲੋੜ ਆ, ਉਹ ਇਸ ਆਫਿਸ ਦੇ ਵਿੱਚ ਅਸੀਂ ਅਵੇਲੇਬਲ ਕਰਕੇ ਦਿੰਦੇ ਹਾਂ। ਮੇਰੇ ਖਿਆਲ ਟੋਟਲ ਕੰਮ ਟਰੱਕਾਂ ਨਾਲ ਰਿਲੇਟਡ ਕਰਦੇ ਨੇ, ਇੰਸ਼ੋਰੈਂਸ ਨਹੀਂ ਕਰਦੇ ਨਾ? ਇੰਸ਼ੋਰੈਂਸ ਨਹੀਂ ਕਰਦੇ, ਇੰਸ਼ੋਰੈਂਸ ਦਾ ਹਜੇ ਨਹੀਂ ਸ਼ੁਰੂ ਕੀਤਾ? ਹਾਂਜੀ, ਉਹ ਵੀ ਹੋ ਸਕਦਾ ਆਉਣ ਵਾਲੇ ਦਿਨਾਂ 'ਚ ਸ਼ੁਰੂ। ਹਾਂਜੀ, ਹੋ ਸਕਦਾ। ਆਓ ਜੀ ਦੇਖਦੇ ਹਾਂ ਹੋਰ ਅੰਦਰ। ਜੇ ਤੁਸੀਂ ਕੋਈ ਨਵਾਂ ਬਿਜ਼ਨਸ ਓਪਨ ਕਰਨਾ ਤਾਂ ਉਹਦੀ ਵੀ ਸਰਵਿਸ ਸਾਡੇ ਕੋਲ ਕੀਤੀ ਜਾਂਦੀ ਹੈ। ਜੇ ਤੁਹਾਡੇ ਕੋਲ ਕੋਈ ਕਾਰ ਰਜਿਸਟ੍ਰੇਸ਼ਨ ਜਾਂ ਕਾਰ ਦੀ ਟ੍ਰਾਂਸਫਰ ਵਗੈਰਾ ਦਾ ਕੋਈ ਪੇਪਰ ਵਰਕ ਹੈ ਤਾਂ ਅਸੀਂ ਉਹ ਵੀ ਕਰਦੇ ਹਾਂ। ਉਸਦੇ ਲਈ ਅਸੀਂ ਬਿਜ਼ਨਸ ਓਪਨ ਕਰਨ ਤੋਂ ਲੈ ਕੇ ਆਡਿਟ ਔਰ ਸੇਫਟੀ ਆਡਿਟ, ਬਿਟ ਇੰਸਪੈਕਸ਼ਨ, ਹਰ ਇੱਕ ਤਰ੍ਹਾਂ ਦਾ ਪੇਪਰ ਵਰਕ ਕਰਦੇ ਹਾਂ, ਪਲੱਸ ਅਸੀਂ ਪਰਮਿਟਸ ਵੀ ਪ੍ਰੋਵਾਈਡ ਕਰਦੇ ਹਾਂ। ਨਵੇਂ ਬਿਜ਼ਨਸ ਦੇ ਵਿੱਚ ਅਸੀਂ ਹਰ ਇੱਕ ਤਰ੍ਹਾਂ ਦਾ ਬਿਜ਼ਨਸ ਓਪਨ ਕਰਦੇ ਹਾਂ, ਟੈਕਸ ID ਲੈ ਕੇ ਦਿੰਦੇ ਹਾਂ, ਅਤੇ ਜੇ ਕੋਈ ਲੋਸ ਜਾਂ ਪ੍ਰੋਫਿਟ ਸਟੇਟਮੈਂਟ ਹੁੰਦੀ ਹੈ ਅਸੀਂ ਉਹ ਵੀ ਬਣਾ ਕੇ ਦਿੰਦੇ ਹਾਂ। ਸਤਿ ਸ਼੍ਰੀ ਅਕਾਲ ਜੀ ਸਤਿੰਦਰ ਜੀ, ਸਤਿ ਸ਼੍ਰੀ ਅਕਾਲ ਜੀ, ਬੈਠੋ ਜੀ। ਅਸੀਂ ਇੱਥੇ ਆਏ ਸੀਗੇ ਅਤੇ ਨਵਦੀਪ ਭਾਅ ਜੀ ਕਹਿੰਦੇ ਵੀ ਇੱਧਰ ਵੀ ਇਨਫੋਰਮੇਸ਼ਨ ਸਾਰੀ ਲੈਣੀ ਆ। ਇਹ ਇਸ ਸਿਟੀ ਰਜਿਸਟ੍ਰੇਸ਼ਨ ਦੇ ਆਫਿਸ ਦੇ ਵਿੱਚ ਕਿਹੜੀ ਕਿਹੜੀ ਸਰਵਿਸਿਜ਼ ਹੈਗੀਆਂ ਤੁਹਾਡੀਆਂ? ਵਿਜੇ, ਅਸੀਂ ਇਮੀਗ੍ਰੇਸ਼ਨ ਦਾ ਅਤੇ ਟਰੈਕਿੰਗ ਦਾ ਪੇਪਰ ਵਰਕ ਕਰਦੇ ਹਾਂਗੇ।
ਤੇ ਹੋਰ ਕਾਫੀ ਮੈਂ ਤਾਂ ਕਾਫੀ ਕੁਝ ਲਿਖਿਆ ਦੇਖਿਆ ਜੀ। ਹਾਂਜੀ, ਇਮੀਗ੍ਰੇਸ਼ਨ ਦਾ ਜਿੱਦਾਂ ਪਾਵਰ ਆਫ ਅਟਾਰਨੀ ਹੋ ਜਾਂਦੀ ਆ, ਇਮੀਗ੍ਰੇਸ਼ਨ ਦਾ ਪਾਸਪੋਰਟ, ਵੀਜ਼ਾ ਸਰੈਂਡਰ ਤੇ ਬਾਕੀ ਡਰਗ ਟੈਸਟ ਵੀ ਕਰਦੇ ਆ। ਹਾਂਜੀ। ਅੱਛਾ, ਤੇ ਡਰਗ ਟੈਸਟ ਵਾਸਤੇ ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਜਿਹਨੇ ਕਰਾਉਣਾ ਹੋਵੇ? ਵਿਜੇ, ਡਰੱਗ ਟੈਸਟ ਤਾਂ ਬੇਸਿਕਲੀ ਇਹ ਹੁੰਦਾ ਗਾ ਕਿ ਤੁਸੀਂ ਡਰੱਗ ਨਾ ਕੀਤੀ ਹੋਵੇ ਉਹਦੇ ਵਿੱਚ ਸਪੈਸ਼ਲੀ, ਤਾਂ ਕਿ ਤੁਹਾਡਾ ਪੋਜ਼ਿਟਿਵ ਡਰੱਗ ਟੈਸਟ ਨਾ ਆਵੇ, ਤੇ ਦੈਟਸ ਆਲ। ਬਾਕੀ ਉਹਦਾ ਕੰਪਲੀਟ ਪੈਕੇਜ ਆ ਨਾਲ ਡਰਾਈਵਰ ਫਾਈਲ, ਡਰੱਗ ਟੈਸਟ ਵਿਦ ਫੁੱਲ ਨੋਟਿਸ। ਤੇ ਟਰੈਕਿੰਗ ਨਾਲ ਰਿਲੇਟਡ ਕਿਹੜੀਆਂ ਕਿਹੜੀਆਂ ਸਰਵਿਸਿਜ਼ ਹੈਗੀਆਂ ਜਿੱਥੇ? ਵਿਜੇ, ਟਰੈਕਿੰਗ ਦਾ ਫੁੱਲ ਪੈਕੇਜ ਹੈਗਾ, ਕਾਰਪੋਰੇਸ਼ਨ, LLC, DBA, ਦੈਨ ਅੱਗੇ ਆਪਾਂ ਜਿੱਦਾਂ DOT, MC, ਅੱਗੇ ਅੱਗੇ ਜੋ ਜੋ ਉਹਨਾਂ ਦੇ ਪਰਮਿਟਸ ਨੇਗੇ, ਐਵਰੀਥਿੰਗ ਇੰਕਲੂਡ ਨੇਗੇ ਉਹਦੇ। ਤੇ ਜਿਵੇਂ ਹੁਣ ਸਾਡੇ ਕੋਈ ਭੈਣ ਭਰਾ ਸੋਚਦੇ ਹੋਣਗੇ ਇਸ ਸਮੇਂ, ਜਿਹੜੇ ਲੱਖਾਂ ਲੋਕ ਦੇਖ ਰਹੇ ਨੇ ਪੂਰੀ ਦੁਨੀਆ ਦੇ ਵਿੱਚ, ਅਸੀਂ ਖਾਸ ਤੌਰ 'ਤੇ ਅਮੈਰੀਕਾ ਦੀ ਗੱਲ ਕਰੀਏ, ਕਿਸੇ ਨੇ ਕੋਈ ਵਿਚਾਰ ਬਣਾਇਆ ਕਿ ਮੈਂ ਨਵਾਂ ਟਰੱਕ ਆਪਣਾ ਲਵਾਂ, ਹਾਂਜੀ, ਤੇ ਕੀ ਸਟਾਰਟਿੰਗ ਪ੍ਰੋਸੀਜਰ ਕੀ ਉਹਦਾ, ਉਹ ਜ਼ਰੂਰ ਤੁਸੀਂ ਦੱਸੋ ਸਾਡੇ ਦਰਸ਼ਕਾਂ। ਹਾਂਜੀ ਵੀ ਜੀ, ਉਹਦੇ ਲਈ ਪਹਿਲਾਂ ਤਾਂ ਕਾਰਪੋਰੇਸ਼ਨ ਜਾਂ DBA ਕੰਪਨੀ ਓਪਨ ਕਰਨੀ ਪੈਂਦੀ ਹੈਗੀ, ਫਿਰ ਉਸ ਤੋਂ ਬਾਅਦ DOT, MC ਵਗੈਰਾ ਹੁੰਦਾ ਗਾ। ਬਸ ਉਹਦੇ ਲਈ ਜਸਟ ਉਹਨਾਂ ਨੂੰ ਡਰਾਈਵਰ ਲਾਈਸੈਂਸ ਅਤੇ ਲੀਗਲ ਸਟੇਟਸ ਚਾਹੀਦਾ ਅਮੈਰੀਕਾ ਦੇ ਵਿੱਚ, ਅਤੇ ਉਸ ਤੋਂ ਬਾਅਦ 2 to 3 weeks ਲੱਗ ਜਾਂਦੇ ਨੇ ਐਵਰੀਥਿੰਗ ਇੰਕਲੂਡ ਕਰਨ ਨੂੰ, ਪੂਰੇ ਫੁੱਲ ਪੈਕੇਜ ਨੂੰ। ਮਤਲਬ ਸਾਰਾ ਕੁਛ ਤੁਸੀਂ ਕਰਵਾ ਦਿੰਦੇ ਹੋ, ਜਿਵੇਂ DBA ਵਗੈਰਾ ਦਾ ਸਟਾਰਟਿੰਗ ਪ੍ਰੋਸੈਸ ਹੈਗਾ, ਸਾਰਾ ਤੁਹਾਡੇ 'ਤੇ ਹੋਣਗੇ, ਸਾਰਾ ਅਰੇਂਜਮੈਂਟ ਹੋਣਗੇ ਜੀ? ਹਾਂਜੀ, ਜਾਂ ਉਹਨਾਂ ਨੂੰ ਕਰਵਾ ਕੇ ਲਿਆਉਣਾ ਪੈਂਦਾ ਕੁਛ? ਨਹੀਂ, DBA ਕਾਰਪੋਰੇਸ਼ਨ ਸਾਰਾ ਆਪਾਂ ਹੀ ਕਰ ਦਿੰਦੇ ਹਾਂ। ਮੁੱਖ ਦੀ ਗੱਲ ਹੈ ਜੀ ਵੀ ਇੱਕ ਟਰੱਕ ਲੈਣ ਦਾ ਮਨ ਬਣਾਓ ਬੰਦਾ, ਟਰੱਕ ਲੈਣ ਦਾ, ਅਤੇ ਇਹਨਾਂ ਕੋਲ ਇੱਥੇ ਆ ਜਾਓ, ਅਤੇ ਉਸ ਤੋਂ ਬਾਅਦ ਸਾਰਾ ਪ੍ਰੋਸੀਜਰ ਕੀ ਕਰਨਾ ਕੀ ਨਹੀਂ ਕਰਨਾ, ਕਿੱਥੇ ਕਿਹੜਾ ਪੇਪਰ ਚਾਹੀਦਾ, ਕਿੱਥੇ ਕਿਹੜੀ ਚੀਜ਼ ਚਾਹੀਦੀ, ਉਹ ਸਾਰਾ ਤੁਸੀਂ ਦੱਸ ਦਿਓਗੇ? ਹਾਂਜੀ ਜੀ, ਸਾਰਾ ਕੰਪਲੀਟ ਪੈਕੇਜ ਕਰ ਦਾਂਗੇ, ਸਾਰਾ ਕੁਝ ਦੱਸ ਦਾਂਗੇ ਅਸੀਂ ਜੀ। ਚਲੋ, ਬਹੁਤ ਮਿਹਰਬਾਨੀ ਜੀ, ਬਹੁਤ ਅੱਛਾ ਲੱਗਾ ਗੱਲਬਾਤ ਕਰਕੇ, ਅਤੇ ਦੁਬਾਰਾ ਫਿਰ ਜ਼ਰੂਰ ਦਰਸ਼ਨ ਮੇਲੇ ਕਰਾਂਗੇ ਜੀ। ਸਾਡਾ ਇਹ ਸ਼ੋਅ ਪੂਰੀ ਦੁਨੀਆ ਦੇ ਵਿੱਚ ਤਕਰੀਬਨ ਲੋਕ ਦੇਖਦੇ ਨੇ। ਠੀਕ ਹੈ ਜੀ, ਥੈਂਕ ਯੂ। ਸ਼ੋਅ ਮਾਈਲਜ਼ ਐਂਡ ਸਟਾਈਲ। ਓਕੇ, ਥੈਂਕ ਯੂ। ਥੈਂਕ ਯੂ ਤੁਹਾਡਾ। ਥੈਂਕ ਯੂ ਜੀ। ਓਕੇ, ਸਤਿ ਸ਼੍ਰੀ ਅਕਾਲ ਜੀ। ਵਾਹ ਜੀ ਵਾਹ ਨਵਦੀਪ ਭਾਅ ਜੀ, ਬਹੁਤ ਵਧੀਆ ਲੱਗਿਆ ਸਾਰਾ ਮਿਲ ਕੇ, ਸਾਰਾ ਦੇਖ ਕੇ, ਬੜੀ ਜਾਣਕਾਰੀ ਜਿਹੜੀ ਹੈ ਟਰੱਕਾਂ ਨਾਲ ਸੰਬੰਧਿਤ ਤੁਹਾਡੇ ਇੱਥੇ ਮਿਲੀ ਆ। ਉਮੀਦ ਕਰਦੇ ਹਾਂ ਘਰਾਂ ਵਿੱਚ ਬੈਠੇ ਦਰਸ਼ਕਾਂ ਨੂੰ ਇਹ ਜਾਣਕਾਰੀ ਬਹੁਤ ਪਸੰਦ ਆਈ ਹੋਊਗੀ ਔਰ ਕੰਮ ਵੀ ਆਈ ਹੋਊਗੀ। ਮਿਲਾਂਗੇ ਅਗਲੇ ਹਫ਼ਤੇ ਕਿਸੇ ਹੋਰ ਟਰੱਕ ਸ਼ੋਅ ਦੇ ਵਿੱਚ, ਦਾ ਮਾਈਲਜ਼ ਇਨ ਸਟਾਈਲ। ਫਿਲਹਾਲ ਮੈਨੂੰ ਜਗਤਾਰ ਜੱਗੀ ਨੂੰ ਦਿਓ ਆ ਗਿਆ। ਸਤਿ ਸ਼੍ਰੀ ਅਕਾਲ, ਖੁਸ਼ ਰਹੋ, ਖੁਸ਼ ਰੱਖੋ, ਰੱਬ ਰੱਖਾ। ਓਕੇ ਭਾਅ ਜੀ, ਮਿਲਾਂਗੇ ਫਿਰ। ਸਤਿ ਸ਼੍ਰੀ ਅਕਾਲ ਭਾਅ ਜੀ। ਓਕੇ, ਸਤਿ ਸ਼੍ਰੀ ਅਕਾਲ।